ਹਾਂਜੀ ਗਾਇਸ ਆਈ ਹੋਪ ਥੈਟ ਯੂ ਆਲ ਆਰ ਵੈਲ ਐਟ ਹੋਮ ਅੱਜ ਆਪਾਂ ਕਰਨ ਲੱਗੇ ਆ ਟਾਸਕ 1 ਦੇ ਕਨੈਕਟਰਸ ਜਿਹੜੇ ਤੁਸੀਂ ਯੂਜ਼ ਕਰਕੇ ਆਪਣੀ ਰਾਈਟਿੰਗ ਦੇ ਵਿੱਚ 8 ਬੈਂਡ ਦਾ ਓਵਰঅল ਲੈ ਸਕਦੇ ਹੋ ਬਟ ਲਵੋਗੇ ਉਦੋਂ ਜਦੋਂ ਤੁਸੀਂ ਇਸ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਹੀਂ ਕਰੋਗੇ ਤੁਸੀਂ ਸਬਸਕ੍ਰਾਈਬ ਕਰੋਗੇ ਆਇਲਸ ਵਿਦ ਸੋਫੀਆ ਚੈਨਲ ਫੋਰ ਮੋਰ ਵੀਡੀਓਜ਼ ਲਾਈਕ ਫੋਰ ਗੇਟ 8 ਬੈਂਡ ਠੀਕ ਹੈ ਸਕਿਪ ਬਿਲਕੁਲ ਵੀ ਨਾ ਕਰਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਬੱਚਿਆਂ ਦੇ ਵੀ ਅੱਠ ਬੈਂਡ ਆ ਸਕਣ ਦੇਖੋ ਆਪਾਂ ਮੁੱਖ ਦੀ ਗੱਲ ਤੇ ਆਨੇ ਆ ਕਨੈਕਟਰਸ ਇੱਕ ਗੱਲ ਤੁਹਾਨੂੰ ਦੱਸ ਦਾਂ ਫਿਰ ਮੈਨੂੰ ਯਾਦ ਨਾ ਭੁੱਲ ਜੇ ਲਾਈਕ 5 ਨਵੰਬਰ ਨੂੰ ਸੈਟਰਡੇ ਹੈ ਤੇ 5 ਨਵੰਬਰ ਤੋਂ ਬਾਅਦ ਮੈਂ ਇੱਕ ਕਲਾਸ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਨ ਜਾ ਰਹੀਆਂ ਫ੍ਰੀ ਆਫ ਕੋਸਟ ਐਬਸੋਲੂਟਲੀ

ਮਤਲਬ ਕਿ ਆਪਣੇ ਭਾਰ ਤੋਂ ਘਟਾ ਜਿਹੜੇ ਉਹਨਾਂ ਦੀ ਗਿਣਤੀ ਕਿੰਨੀ ਹੈ 2004 ਦੇ ਵਿੱਚ ਡਿਕਰੀਸਡ ਘਟ ਸੀ ਕੌਮੇ ਦਾ ਮਤਲਬ ਮੈਂ ਕੱਲ ਇੱਕ ਕੰਪਲੈਕਸ ਦੀ ਵੀਡੀਓ ਸ਼ੇਅਰ ਕੀਤੀ ਸੀ ਅਗਰ ਤੁਸੀਂ ਨਹੀਂ ਦੇਖੀ ਤਾਂ then ਜ਼ਰੂਰ ਦੇਖਣਾ ਉਹਦੇ ਵਿੱਚ ਮੈਂ ਦੱਸਿਆ ਸੀ ਡਿਟੇਲ ਦੇ ਵਿੱਚ ਕੌਮੇ ਦਾ ਮਤਲਬ ਕੀ ਹੁੰਦਾ ਬਟ ਆਲਦੋ ਦੇ ਨਾਲ ਬਟ ਤੁਸੀਂ ਨਹੀਂ ਯੂਜ਼ ਕਰਨਾ ਕਾਮਾ ਯੂਜ਼ ਕਰਨਾ ਮੈਂ ਪਰ ਉਹੀ ਨੰਬਰਸ ਮਤਲਬ ਕਿ ਮਹਿੰਦੀ ਗਿਣਤੀ ਵਧ ਗਈ ਤੇ ਟੱਚ ਕਿੱਥੇ ਟੱਚ ਕਰ ਗਏ ਇਹ ਤੁਸੀਂ ਆਪਣੇ ਟਾਸਕ 1 ਦੇ ਵਿੱਚ ਸੈਂਟੈਂਸ ਬਣਾ ਸਕਦੇ ਹੋ ਇਦਾਂ ਸਟਰਕਚਰ ਐਜ਼ ਇਟ ਇਜ਼ ਬਸ ਇਹ ਧਿਆਨ ਚ ਰੱਖਿਆ ਜਿਉਂ ਤੇ ਪ੍ਰੋਡਕਸ਼ਨ ਦਿੱਤੀ ਹੈ ਜਾਂ ਫਿਰ ਵੇਟ ਦੀ ਗੱਲ ਹੋਈ ਹੈ ਡਿਮਾਂਡ ਦੀ ਗੱਲ ਹੋਈ ਹੈ ਸੇਲ ਦੀ ਗੱਲ ਹੋਈ ਹੈ ਇਹ ਧਿਆਨ ਚ ਰੱਖਿਓ ਉੱਥੇ ਥੇਅਰ ਐਸ ਠੀਕ ਹੈ 3 ਕਵਾਰਟਰਸ ਆਫ ਦਿ ਕਲੱਬ ਮੈਂਬਰਸ ਕਲੱਬ ਮੈਂਬਰਸ ਦੇ ਜਿਹੜੇ 3 ਕਵਾਰਟਰਸ ਮੈਂਬਰਸ ਹੈ ਉਹਨਾਂ ਨੇ ਰੇਟ ਦਿੱਤਾ ਟੂ ਥੀਏਟਰ ਫੈਸਿਲਿਟੀ ਨੂੰ ਐਜ਼ ਅ ਐਕਸਲੈਂਟ ਬਹੁਤ ਵਧੀਆ

ਜਿੱਥੇ ਤੁਸੀਂ ਅਗੇਨ ਵਾਈਲ ਦੇ ਨਾਲ ਸੈਂਟੈਂਸ ਬਣਾਉਣਾ ਹੈ ਨਾ ਅਗੇਨ ਵਾਈਲ ਦੇ ਨਾਲ ਉੱਥੇ ਤੁਸੀਂ ਇੱਕ ਥਾਂ ਤੇ ਵੇਅਰ ਐਸ ਯੂਜ਼ ਕਰ ਸਕਦੇ ਹੋ ਇੱਕ ਥਾਂ ਤੇ ਕਮਾ ਵੇਅਰ ਐਸ ਲਗਾ ਦਿੱਤਾ ਇੱਕ ਥਾਂ ਤੇ ਕਮਾ ਵਾਈਲ ਲਗਾ ਦਿੱਤਾ ਬਟ ਦੋਨਾਂ ਦਾ ਮਤਲਬ ਜਦ ਕੀ ਹੀ ਹੈ ਠੀਕ ਹੈ ਦੋਨਾਂ ਦਾ ਮਤਲਬ ਜਦ ਕੀ ਹੈ ਮਤਲਬ ਕਿ 3 ਤੋਂ ਕੁਆਟਰਸ ਨੇ ਦਿੱਤਾ ਰੇਟ ਐਕਸਲੈਂਟ تھیਟਰ ਫੈਸਿਲਿਟੀਆਂ ਨੂੰ ਜਦ ਕੀ ਉਹਨਾਂ ਨੇ ਇਹਨਾਂ ਦਿੱਤਾ 55% ਨੇ ਐਸਾ ਜਨਰਲ ਕਾਮਨ ਵਾਈਲ ਨੋਰਮਲ ਠੀਕ ਠੀਕ ਹੈ ਵਾਈਲ ਜਦ ਕੀ ਵਿਮਨ ਨੇ ਸਪੈਂਡ ਕੀਤੇ 35 ਮਿੰਟਸ ਜਦ ਕੀ ਮੈਨ ਨੇ ਸਪੈਂਡ ਕੀਤੇ 25 ਮਿੰਟਸ ਦੋਨਾਂ ਦਾ ਮਤਲਬ ਜਦ ਕੀ ਹੈ ਫਿਰ ਮੈਂ ਆ ਸੀ ਮੈਨੂੰ 3 ਲੱਗਾ ਕਿ ਮੈਨੂੰ ਸੈਂਟੈਂਸ ਬਣਾ ਕੇ ਦੱਸਣੇ ਚਾਹੀਦੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਆ ਮੈਨੂੰ ਜਸਟ ਮੈਂ ਤੁਹਾਡਾ ਨੋਰਮਲ ਸ਼ੇਅਰ ਕਰਨ ਲੱਗੀ ਹਾਂ ਬਸ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਸਪ੍ਰੈਡ ਆਇਲਸ ਵਿਦ ਸੋਫੀਆ ਇਹ ਯਾਦ ਰੱਖਿਓ ਗੱਲ 트리플 ਐਸ ਠੀਕ ਹੈ ਕਿਹੜਾ ਚੈਨਲ ਫੋਲੋਨਾ ਹੈ ਸੋਫੀਆ ਫਾਈਨਲੀ ਜਦੋਂ ਤੁਸੀਂ ਆ ਮੈਪ ਦੀ ਗੱਲ ਸੌਰੀ ਪ੍ਰੋਸੈਸ ਦੀ ਗੱਲ ਕਰਦੇ ਹੋ ਡਾਇਗਰਾਮ ਦੀ ਗੱਲ ਕਰਦੇ ਹੋ ਤੁਸੀਂ ਫਾਈਨਲੀ ਇਨ ਦਾ ਫਿਊਚਰ ਜਦੋਂ ਤੁਸੀਂ ਪ੍ਰਡਿਕਸ਼ਨ ਦੀ ਗੱਲ ਆ ਜਾਂਦੀ ਹੈ ਅਸੰਪਸ਼ਨ ਐਸ ਲੌਂਗ ਐਸ ਜਿੰਨਾ ਹੋ ਸਕੇ ਅਨਲੈਸ ਜਿੰਨੀ ਦੇਰ ਤੱਕ ਜਸਟ ਆਫਟਰ ਥਿਸ ਐਸ ਅ ਨੈਕਸਟ ਸਟੈਪ ਕੀ ਹੈਗਾ ਇਸ ਤੋਂ ਬਾਅਦ ਡੂ ਟੂ ਇਸ ਦੇ ਕਾਰਨ ਠੀਕ ਹੈ ਸੋ ਇਸ ਕਰਕੇ ਕਿਉਂਕਿ ਇਨ ਐਡੀਸ਼ਨ ਫਰਦਰ ਮੋਰ ਐਸ ਵੈਲ ਐਸ ਠੀਕ ਹੈ ਐਸ ਵੈਲ ਐਸ ਪ੍ਰੋਡਕਸ਼ਨ ਐਂਡ ਡਿਮਾਂਡ ਪ੍ਰੋਡਕਸ਼ਨ ਐਸ ਵੈਲ ਐਸ ਡਿਮਾਂਡ ਠੀਕ ਹੈ ਕੰਜ਼ਮਪਸ਼ਨ ਐਸ ਵੈਲ ਐਸ ਸੇਲਿੰਗ ਠੀਕ ਹੈ ਕੰਜ਼ਮਪਸ਼ਨ ਐਸ ਵੈਲ ਐਸ ਪ੍ਰੋਡਕਸ਼ਨ ਠੀਕ ਹੈ ਹਾਂਜੀ ਇਹਨਾਂ ਤਿੰਨਾਂ ਦੇ ਮੈਨੂੰ ਮੇਨ ਲੱਗੇ ਸੀ ਕਿ ਮੈਨੂੰ ਸੈਂਟੈਂਸ ਬਣਾ ਕੇ ਸ਼ੇਅਰ ਕਰਨੇ ਚਾਹੀਦੇ ਆ ਅਗਰ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਵੀ ਮੈਂ ਸੈਂਟੈਂਸ ਬਣਾ ਕੇ ਸ਼ੇਅਰ ਕਰਾਂ ਦੈਨ ਵੀਡੀਓ ਦੇ ਵਿੱਚ ਦੱਸ ਦੇਣਾ ਐਕਚੁਅਲੀ ਮੈਨੂੰ ਇਹ ਇੱਕ ਸਟੂਡੈਂਟ ਦਾ ਕਮੈਂਟ ਆਇਆ ਸੀ ਥੈਟ ਮੈਮ ਪਲੀਜ਼ ਸ਼ੇਅਰ ਵਿਦ ਅਸ ਸਮ ਕਨੈਕਟਰਸ ਫॉर ਟਾਸਕ 1 ਸੋ ਦੈਟਸ ਵਾਈ ਆਮ ਪ੍ਰੋਵਾਈਡਿੰਗ ਦਾ ਵੀਡੀਓ ਟੂ தோਸ ਸਟੂਡੈਂਟਸ ਹੂ ਫੇਸ ਪ੍ਰੋਬਲਮ ਇਨ ਕਨੈਕਟਰਸ ਹਾਂਜੀ ਗਾਇਸ ਅਗਰ ਤੁਸੀਂ ਮੇਰੇ ਕੋਲ ਸਿੰਗਲ ਮੋਡਿਊਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਜਸਟ ਓਨਲੀ ਰੀਡਿੰਗ ਓਨਲੀ ਰਾਈਟਿੰਗ ਓਨਲੀ ਸਪੀਕਿੰਗ ਥੈਨ ਤੁਸੀਂ ਆਵੀ ਸਟਾਰਟ ਕਰ ਸਕਦੇ ਹੋ ਬੈਚ ਆਲਰੇਡੀ ਸਟਾਰਟਡ ਹੈ ਸੋ ਹਰੀਆਪ ਗਾਇਸ ਐਂਡ ਦਾ ਸੀਟਸ ਆਰ ਆਲਸੋ ਲਿਮਟਿਡ ਬਿਕੋਜ਼ ਫਿਰ ਰਿਜ਼ਲਟ ਤੇ ਵੀ ਧਿਆਨ ਦੇਣਾ ਹੁੰਦਾ ਵੈ ਸਟੂਡੈਂਟਸ ਆਪਾਂ ਉਹਨੇ ਕੋਈ ਰੱਖੀ ਦੇ ਆ ਓਕੇ ਗੋਡ ਬlesਸ ਯੂ ਬਟ ਡੋਨਟ ਫੋਰਗੇਟ ਟੂ ਟ੍ਰਿਪਲ ਐਸ ਐਂਡ ਫੋਰਥ ਐਸ ਓਕੇ ਨਾਓ ਵੀ ਵਿਲ ਮੀਟ ਇਨ ਦ ਨੈਕਸਟ ਵੀਡੀਓ